ਹਾਂਜੀ ਯਾਰ, ਕੀ ਹਾਲ ਚਾਲ ਆ ਸਾਰੇ ਦੋਸਤਾਂ ਮਿੱਤਰਾਂ ਦਾ? ਉਮੀਦ ਕਰਦੇ ਵੀ ਠੀਕ ਠਾਕ ਹੋਵੋਗੇ, ਤੁਹਾਡੇ ਜਾਨਵਰ ਵੀ ਸੈੱਟ ਵੈੱਟ ਹੋਣਗੇ। ਅਤੇ ਲਓ ਜੀ, ਅੱਜ ਦਾ ਵਲੌਗ ਹੋਣ ਵਾਲਾ ਪੂਰਾ ਘੈਂਟ ਬਲੈਕ ਹੀ ਆ। ਵੈਸੇ ਉੱਡਿਆ ਮੈਂ ਥੋੜ੍ਹਾ ਜਿਹਾ ਲੇਟ ਹੋ ਗਿਆ, ਕਿਉਂਕਿ ਨਾ ਸਵੇਰੇ ਸਵੇਰੇ ਮੈਂ ਥੋੜ੍ਹਾ ਜਿਹਾ ਕੰਮ ਜਾਣਾ ਹੁੰਦਾ, ਹੈ ਨਾ, ਘਰ ਦੇ ਕੰਮ ਵੀ ਕਰਨੇ ਜ਼ਰੂਰੀ ਆ। ਸ਼ੁਕਰ ਆ ਮੈਂ ਟਰੱਕ ਗਿਆ, ਮੈਂ ਤਾਂ ਕਿਹਾ ਕਦੇ ਹੋ ਗਿਆ ਕੰਮ, ਅੱਜ ਬਲੈਕ ਹੀ ਹੋਣੀ ਤਾਂ ਬੈਠੇ ਆ। ਅਤੇ ਦੂਜਾ ਵੀ ਬੱਚਾ ਅੱਜ ਉੱਡ ਕੇ ਆਇਆ ਵਾ, ਥੱਲੇ ਤਾਂ ਤੁਹਾਨੂੰ ਨੀਵੀਂ ਕਰਕੇ ਦਿਖਾਉਂਦੇ ਹਾਂ। ਉਹ ਕਹਿੰਦੇ ਅੰਕਲ ਦੇ ਵੱਡੇ ਉੱਤਰ ਕੇ ਬੱਚੇ ਉਹ ਅਕੜਾ ਹੀ ਬੈਠਾ। ਚਲੋ ਛੱਡੋ, ਇੰਨੀ ਟੈਨਸ਼ਨ ਲੈਣੀ। ਹਾਂ ਵੀ ਮੈਂ ਤਾਂ ਪਹਿਲਾਂ ਤੁਹਾਨੂੰ ਕਬੂਤਰ ਦਿਖਾ ਦਾਂ। ਇਹ ਲਓ ਜੀ, ਆਹ ਦੇਖ ਲਓ। ਅਤੇ ਬਾਕੀ ਤੁਹਾਡਾ ਨਾ ਕੱਲ੍ਹ ਕਮੈਂਟ ਆਇਆ ਸੀਗਾ, ਹੈ ਨਾ, ਤੁਸੀਂ ਕਹਿੰਦੇ ਹੋ ਵੀ 5 ਦਿਨਾਂ ਨੂੰ ਚੱਕ ਲਈਏ ਬੱਚੇ, ਹੈ ਨਾ। ਠੀਕ ਹੈ ਜੀ, ਆਪਾਂ 5 ਦਿਨਾਂ ਨੂੰ ਪੂਰੇ ਚੱਕ ਲਾਂਗੇ, ਅੱਜ ਦੂਜਾ ਦਿਨ ਆ। 3 ਦਿਨ ਹੋਰ, ਆਹ ਦੇਖ ਲਓ ਬੱਚਾ ਐਡਾ ਹੋ ਗਿਆ, ਅਤੇ ਰੰਗ ਵੀ ਦੇਖ ਲਓ ਇਹਦਾ, ਅਤੇ ਇੱਥੋਂ ਵਾਲੇ ਦੇ ਵੀ ਆ ਗਏ ਖੰਭ ਜ਼ਿਆਦੇ। ਠੀਕ, 5 ਦਿਨਾਂ ਨੂੰ ਆਪਾਂ ਚੱਕ ਲਾਂਗੇ 3-4। ਉਹ ਹਜੇ ਥੋੜ੍ਹਾ ਜਿਹਾ ਛੋਟਾ ਵਾ ਉਹਦੇ ਬੈਠਾ, ਬਾਕੀ ਤਾਂ ਚੀਨੀ ਆ, ਅਤੇ ਉਹਦੇ ਕਬੂਤਰੀ ਦੇ ਆਂਡੇ ਰੱਖੇ ਹੋਏ ਆ। ਇੱਧਰ ਆਹ ਬੈਠੀ ਆਪਣੀ, ਅਤੇ ਉਹ ਕਬੂਤਰੀ ਬੈਠੀ ਆਂਡਿਆਂ 'ਤੇ। ਆਹ ਜੋੜੇ ਦੁਬਾਰਾ ਧਰਨ ਵਾਲੇ ਆ, ਸੰਤਰੀ ਸਰਾਂ ਵਾਲੇ ਦੇ, ਠੀਕ ਹੈ ਜੀ। ਅਤੇ ਆਹ ਜੋੜਾ ਆਪਣਾ ਪੱਕਾ ਮਿਲ ਗਿਆ, ਦੀ ਕਬੂਤਰੀ ਜਾ ਥੱਲੇ ਬੈਠੀ ਆ ਉਹ ਵਾਲੇ ਕਬੂਤਰ ਦੀ। ਅਤੇ ਬਾਕੀ ਆਹ ਤਾਂ ਇਹਦਾ ਬਲੈਕੀ ਦੇ ਡੈਡੀ ਕੋਈ ਆ। ਓਕੇ, ਰਿਪੋਰਟਾਂ ਠੱਲਾਂ ਠੁੱਲਾਂ ਲਈਆਂ ਤਾਂ ਨਹੀਂ ਕਿਸੇ ਦੇ? ਹਾਂ ਵੀ ਕਿਵੇਂ, ਠੀਕ ਆ, ਬੋਲਦਾ ਨਹੀਂ। ਚੱਲ ਕੋਈ ਨਾ ਯਾਰ, ਕੱਲ੍ਹ ਨੇ ਤਾਂ ਘੋਰ ਨਾ, ਅਤੇ ਮੈਂ ਥੋੜ੍ਹੀ ਜਿਹੀ ਮਿੱਟੀ ਛੱਡਤੀ ਸੀਗੀ, ਹੈ ਨਾ, ਗਿੱਲਾ ਸੀਗਾ ਥੋੜ੍ਹਾ ਜਿਹਾ। ਅਤੇ ਬਾਕੀ ਤੁਹਾਨੂੰ ਉੱਧਰਲਾ ਬੱਚਾ ਚੱਲ ਕੇ ਦਿਖਾਉਂਦਾ ਮੈਂ, ਕੁੱਜੀਆਂ ਕੱਜੀਆਂ ਹਜੇ ਮੈਂ ਧੋ ਕੇ ਰੱਖ ਗਏ ਸੀ, ਅਤੇ ਭਰਨ ਵਾਲੀਆਂ ਪਾਉਣਾ ਨਾਲੇ, ਚੱਲੇ ਕਬੂਤਰ ਦਿਖਾਉਂਦੇ ਨਾਲੇ ਤੁਹਾਨੂੰ ਬੱਚਾ ਦਿਖਾਉਂਦਾ ਮੈਂ। ਹਾਂ ਵੀ ਕਿਵੇਂ, ਠੀਕ ਠਾਕ ਹੋ? ਆਹ ਵੀ ਡੱਬੀ ਦੇ ਆਂਡੇ, ਉੱਧਰ ਉਹ ਰੱਤੇ ਵਾਲੀ ਦੇ, ਬਾਕੀ ਇੱਧਰ। ਅਤੇ ਇੱਕ ਬਾਈ ਕਹਿੰਦੇ ਹੱਚੇ ਯਾਰ ਫੋਨ ਨੰਬਰ, ਬਾਈ ਜੇ ਤੂੰ ਵਲੌਗ ਮੇਰਾ ਦੇਖ ਰਿਹਾ ਵਾਂ, ਆਪਾਂ ਨਾ ਨਵਾਂ ਨੰਬਰ ਲਵਾਂਗੇ ਆਪਣੇ ਸਿਰਫ ਸਬਸਕ੍ਰਾਈਬਰਾਂ ਲਈ, ਜਿਹੜਾ ਮਰਜ਼ੀ ਜਦੋਂ ਮਰਜ਼ੀ ਬੰਦਾ ਕਾਲ ਕਰ ਸਕਦਾ। ਥੋੜ੍ਹੇ ਕੁ ਦਿਨ ਆਪਾਂ ਰੁਕਣਾ ਪੈਣਾ, ਤੁਹਾਨੂੰ ਵੇਟ ਕਰਨੀ ਪੈਣੀ ਆ, ਆਪਾਂ ਨਾ ਸਪੈਸ਼ਲ ਨੰਬਰ ਤੁਹਾਡੇ ਲਈ ਲੈਣਾ ਆਪਾਂ, ਉਹ ਸਾਰੇ ਸਬਸਕ੍ਰਾਈਬਰਾਂ ਲਈ ਆ ਉਹ। ਅਤੇ ਆਹ ਦੇਖ ਲਓ ਇੱਧਰਲਾ ਬੱਚਾ, ਕਾਫੀ ਵੱਡਾ ਹੋ ਗਿਆ ਵੀ, ਲਾਲਚੀ ਨਾ ਲਾਲ ਪੂਛਦਾ ਐਂ ਜਿਹਾ, ਡੱਕੇ ਡੁੱਕੇ ਦਾ ਪੈਰਾਂ 'ਤੇ ਹੈ ਨਹੀਂ ਗੇ, ਹੈ ਨਾ, ਲਾਲ ਸਿਰਾ ਵੀ ਹੋਊਗਾ ਮਾੜਾ ਮੋਟਾ। ਬਾਕੀ ਤੁਹਾਨੂੰ ਮੈਂ ਕੱਲ੍ਹ ਸ਼ੋਰਟ 'ਚ ਦਿਖਾਇਆ ਵੀ ਸੀ, ਬਾਕੀ ਇਹਨੂੰ ਚੱਕ ਕੇ ਦਿਖਾ ਦਿੰਦਾ ਮਾੜਾ ਮੋਟਾ। ਪਰ ਵੈਸੇ ਕਾਹਨੂੰ ਐਵੇਂ ਛੇੜਨਾ ਕਾਹਤੋਂ ਆ, ਪਰ ਇੱਕ ਮਾਰਦਾ ਹੈ ਥੋੜ੍ਹਾ ਜਿਹਾ, ਹੈਗਾ ਥੋੜ੍ਹਾ ਜਿਹਾ ਡੇਂਜਰਲੈਸ। ਓਹ ਆਹ ਦੇਖੋ ਬੱਚਾ, ਫੋਨ ਹੀ ਲੱਗ ਪਿਆ ਸੀ, ਕੈਮਰਾ ਬਚਤ ਹੋ ਗਈ, ਬਚ ਗਿਆ ਬਚ ਗਿਆ। ਆਹ ਦੇਖ ਲਓ ਬੱਚਾ, ਲਾਲ ਪੁੱਟ ਉਹ ਨਹੀਂ ਕੁਛ ਕਹਿੰਦਾ ਭਰਾਵਾ, ਮਾਰਦਾ ਮਾਰਦਾ ਲੈ, ਹੈ ਨਹੀਂ ਹਜੇ ਇੰਨੇ ਜੋਗਾ। ਆਹ ਦੇਖੋ ਲਾਲ ਪੋਟੇ ਦਾ, ਅਤੇ ਲਾਲ ਕਾਂਤਰਾ ਜਾ, ਆਹਦੇ ਆਹਦੇ ਨਾ, ਅਤੇ ਲਾਲ ਹੀ ਪੂਛ ਆ ਆਹਦੇ ਰਹੀ, ਇਹ ਆਹਦੇ ਰਹੀ। ਓਕੇ ਜੀ, ਇਹਨੂੰ ਆਪਾਂ ਰੱਖਦੇ ਨੇ, ਅੱਖਾਂ ਚਿੱਟੀਆਂ ਕਰੂਗਾ ਲਗਭਗ ਇਹ 101% ਬਹਿ ਜਾ ਵੀ, ਨਹੀਂ ਕੁਛ ਕਹਿੰਦਾ। 5 ਦਿਨਾਂ ਨੂੰ ਆਪਾਂ ਠੀਕ ਹੈ ਚੱਕ ਲੈਣੇ ਇਹਨਾਂ ਨੂੰ। ਅਤੇ ਲਾਲ ਸ੍ਰੀ ਆਂਡੇ ਧਰੇ ਆ ਕਿ ਨਹੀਂ? ਨਹੀਂ ਧਰੇ, ਉਹ ਕੂਤਰੀ ਬੈਠੀ ਆਂਡੇ ਦੇ ਉੱਧਰ। 3 ਜੋੜੀਆਂ ਦੇ ਇੱਧਰ ਆਂਡੇ ਧਰੇ ਹੋਏ, 1, 2 ਅਤੇ ਉੱਧਰ 3, ਠੀਕ ਹੈ ਜੀ। ਅਤੇ 3 ਕੀ ਜੋੜੀਆਂ ਦੇ ਉੱਧਰ ਆ, ਬਾਕੀਆਂ ਦੇ ਧਰਨ ਵਾਲੇ ਆ। ਅਤੇ ਹੁਣ ਬਲੈਕ ਹੀ ਉਹਨਾਂ ਨੂੰ ਆਪਾਂ ਤਾੜ ਦਿੰਦੇ ਉੱਪਰ ਬੈਠੇ ਜਾ ਲੱਗੇ, ਹੈ ਨਾ, ਕਾਹਨੂੰ ਐਵੇਂ ਧੁੱਪੇ ਮੱਚੀ ਜਾਂਦੇ ਆ ਵਾਵਾ ਟਾਈਮ ਦੇ ਉੱਡੇ ਵੇ ਆ। ਹੁਣ ਟਾਈਮ ਤਾਂ ਖਾਣੀ 10 ਵੱਜ ਗਏ, 9:30 ਸੱਚ ਬਾਰੀ ਐਵੇਂ ਮੈਂ ਲਾਈ ਜਾਣਾ, ਨਾਲੇ ਇਹਨਾਂ ਨੂੰ ਕੁੱਜੀ ਭਰ ਕੇ ਰੱਖ ਦਈਏ, ਨਾਲੇ ਅੱਜ ਥਾਂ ਸੁੱਕ ਜੂਗਾ ਅੱਜ ਵਧੀਆ ਧੁੱਪ ਨਿਕਲੀ ਵੀ ਆ। ਉਹ ਬੈਠੇ ਬਲੈਕੀ ਹੋਣੀ, ਪਹਿਲਾਂ ਨੀਵੀਂ ਕਰ ਲਈਏ ਛਤਰੀ, ਇਹ ਵੀ ਥੋੜ੍ਹਾ ਜਿਹਾ ਇੱਕ ਟਾਸਕ ਹੀ ਆ, ਕਿਉਂਕਿ ਇਕੱਲਾ ਬੰਦਾ ਨਾ
ਲੋ ਫਿਰ ਆਹ ਦੇਖੋ ਛਤਰੀ ਨਾ ਇੱਥੇ ਨੀਵੀਂ ਕਰ ਲੈਂਦੇ ਹੁੰਦੇ ਪੋਲ 'ਚ, ਇਹ ਪਨਾਲਾ ਵਾ ਇਹ, ਇੱਧਰ ਨਾਲੇ ਤਾਂ ਸਰੀਆ ਥੋੜ੍ਹਾ ਜਿਹਾ, ਆਹ ਉੱਡੂ ਵੀ ਵਧੀਆ ਕੰਮ ਆ, ਉੱਡਦੇ ਨਹੀਂ ਇਹ ਵੈਸੇ ਤਿੰਨੇ ਚਾਰੇ। ਹੁਣ ਦੂਜਾ ਜੋ ਉੱਡ ਕੇ ਆਇਆ ਉਹ ਉੱਡ ਕੇ ਆਇਆ ਪੌਣਾ ਘੰਟਾ ਬਰੀਕੀ ਜਿਹਾ, ਉਹ ਦੇਖਿਓ ਉਹਦਾ, ਤੁਹਾਨੂੰ ਮੈਂ ਨਾਲੇ ਤਾਂ ਛਤਰੀ 'ਤੇ ਬੈਠੇ ਦਾ ਮਾਹੌਲ ਦਿਖਾਉਂਦਾ, ਇੱਕ ਕਬੂਤਰੀ ਬੰਨੀ ਵੀ ਨਾਲੇ ਤਾਂ। ਓਹੋ ਇਕੱਲੇ ਬੰਦੇ ਦਾ ਬਾਕੀ ਯਾਰ ਸਰਕਲ ਔਖਾ ਥੋੜ੍ਹਾ ਜਿਹਾ ਲੱਗ ਜਾ। ਸ਼ੁਕਰ ਹੈ ਸ਼ੁਕਰ ਹੈ। ਹਾਂ ਵੀ ਨਹੀਂ ਕੁਛ ਕਹਿੰਦਾ, ਨਹੀਂ ਕੁਛ ਕਹਿੰਦਾ, ਬੈਠੇ ਰਹੋ। ਆਹ ਬੈਠੇ ਆ ਬਲੈਕ ਹੀ ਆ, ਉਹ ਬਰੀਕੀ ਜਿਹਾ ਉੱਡ ਕੇ ਆਇਆ ਜਿਹਦੇ ਉਹ ਜਗਰੂਪ ਬਾਈ ਡੰਡੇ ਮਾਰ ਕੇ ਗਿਆ ਨਾ। ਮੈਂ ਤੁਹਾਨੂੰ ਦੱਸਦਾ ਇਹ ਕੀ ਹੋਇਆ, ਮੈਂ ਥੱਲੇ ਗਿਆ ਇਹਨਾਂ ਦੋਨਾਂ ਨੂੰ ਤਿੰਨਾਂ ਨੂੰ ਬਿਠਾ ਕੇ ਉੱਪਰ, ਮੈਨੂੰ ਆਏ ਨੂੰ ਯਾਦ ਹੀ ਭੁੱਲ ਗਿਆ, ਮੈਂ ਚੱਕੀ ਇੱਥੋਂ ਸੋਟੀ ਵੰਜੀ ਅਤੇ ਮੈਂ ਛਤਰੀ ਇੱਥੇ ਲੱਗੀ ਸੀ, ਉਹ 'ਤੇ ਬੈਠੇ ਸੀ ਇਹ, ਅਤੇ ਮੈਂ ਚੱਪ ਕਰਕੇ ਡਰਾ ਤੇ ਮੈਨੂੰ ਤਾਂ ਚੇਤੇ ਭੁੱਲ ਗਏ ਸੀ ਵੀ ਇਹ ਵੀ ਉੱਪਰ ਬੈਠਾ ਵਾ। ਅਤੇ ਫਿਰ ਕੀ ਹੋਇਆ ਮਿੱਤਰੋ, ਉੱਡ ਗਿਆ ਪੌਣਾ ਘੰਟਾ ਉੱਡਿਆ ਇਹ, ਕਿਤੇ ਇੱਧਰ ਨੂੰ ਚੱਲ ਜੇ ਉਹ ਬੋਹੜ ਅਲੀ ਨੂੰ, ਕਿਤੇ ਇੱਧਰ ਨੂੰ ਚੱਲ ਜਾਇਆ ਕਰੇ, ਕਿਤੇ ਉੱਧਰ ਨੂੰ, ਕਿਤੇ ਇੱਧਰ ਆਪਣੇ ਬੈਕ ਸਾਈਡ ਘਰਾਂ ਦੇ, ਹੈ ਨਾ, ਇਹਦਾ ਸਾਰਾ ਏਰੀਆ ਇੱਕ ਮੈਂ ਜਾਣੀ ਦਾ। ਫਿਰ ਮੈਂ ਕੀ ਕੀਤਾ, ਕੁਝੀਆਂ ਕੱਜੀਆਂ ਧੋਣ ਲੱਗ ਗਿਆ ਵਿੱਚ ਦੀ, ਆਪਦੇ ਕੰਮ ਕਰਨ ਲੱਗ ਗਿਆ, ਹੈ ਨਾ। ਮੈਂ ਕਿਹਾ ਵੀ ਜਦੋਂ ਨੀਵਾਂ ਆਊਗਾ ਫਿਰ ਹੀ ਹਿਲਾਉਣ ਦਾ ਫਾਇਦਾ। ਫਿਰ ਜਦੋਂ 10-15 ਫੁੱਟ 'ਤੇ ਆ ਗਿਆ ਫਿਰ ਮੈਂ ਬਾਜਾਂ ਮਾਰ ਲੱਗਿਆ, ਮੈਂ ਕਿਹਾ ਆ ਜਾ, ਵਾਹਵਾ ਇਹਦੀਆਂ ਮਿਹਨਤਾਂ ਹੀ ਕੀਤੀਆਂ, ਫਿਰ ਜਾ ਕੇ ਆ ਗਿਆ ਅਤੇ ਸੂਹਾਂ ਹੋ ਗਿਆ। ਹੁਣ ਇਹਨੂੰ ਆਪਾਂ ਛੇਤੀ ਨਹੀਂ ਡਾਉਂਦੇ, ਤੁਹਾਨੂੰ ਮੈਂ ਕੰਨੀਆਂ ਦਿਖਾ ਦਿੰਦਾ ਇਹਦੀਆਂ। ਹਾਂ ਬਲੈ ਕੀ ਇਹ ਕਿਵੇਂ ਆ, ਦੂਜੀ ਛਤਰੀ ਲੱਗੀ ਜੀ ਉੱਡਣਾ ਤਾਂ ਕਿਸੇ ਨੇ ਉੱਡ ਜਾਣਗੇ, ਆਹ ਦੇ ਦਿਖਾਉਂਦਾ ਤੁਹਾਨੂੰ, ਆਹ ਫੜੇ ਤਾਂ ਆਰਾਮ ਨਾਲ ਹੀ ਜਾਂਦੇ ਆ, ਇਹ ਖੜ੍ਹ ਜਾ ਪੁੱਤ ਖੜ੍ਹ ਜਾ, ਆਹ ਦੇਖ ਲਓ ਇਹ ਦਿਖਦੀ ਕਿ ਨਹੀਂ, ਰੁਕ ਜਾ ਬੇਟਾ ਰੁਕ ਜਾ, ਇੱਧਰ ਦਿਖਾ ਦੇਣਾ, ਰੁਕ ਜਾ ਖੜ੍ਹ ਜਾ, ਉਹ ਨਹੀਂ ਕੁਛ ਕਹਿੰਦਾ, 2 ਮਿੰਟ ਖੜ੍ਹ ਜਾ ਈ ਯਾਰ, ਆਹ ਦੇਖ ਲਓ ਆਹ ਮੜੀ ਜੀ ਕੰਨੀ ਘੱਟ ਆ ਮੇਰੀ, ਠੀਕ ਹੈ ਜੀ, ਇੰਨੀ ਕੁ ਘੱਟ ਆ। ਅਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹਨੂੰ ਹੁੰਡਾਇਆ ਕਰਕੇ, ਹੋਰ ਅੱਜ ਮੁੜਿਆ ਆ ਸਾਇਜ਼ ਤੁਸੀਂ ਚੈੱਕ ਕਰ ਲਓ, ਅੱਖਾਂ ਅੱਖਾਂ ਨਖੇਰਿਆ ਸੂਹਾਂ ਯਾਰ, ਤਾਂ ਹੀ ਮੁੜਿਆ, ਹੈ ਨਾ ਵੀ, ਅਤੇ ਨਹੀਂ ਇੰਨੀ ਚੀਕ ਦਾ ਮਤਲਬ ਕਿ ਹਜੇ ਬਾਹਲਾ ਛੋਟਾ ਯਾਰ, ਉਹ ਦੇਖੋ ਬਲੈਕ ਹੀ ਆਪਣਾ ਕਲੀ ਕਲੀ ਦਾ, ਆਹ ਦੇਖੋ ਬਲੈਕ ਹੀ ਆ ਕਲੀ ਕਲੀ ਦਾ, ਐਡਾ ਬੱਚਾ ਦੇਖੋ ਆਹ ਦੇ ਕਿੱਡਾ ਵਾਲਾ ਬਲੈਕ ਹੀ ਆ, ਅਤੇ ਇਹ ਆਪਣਾ ਬੱਚਾ ਦੇਖ ਲਓ ਛੋਟਾ ਜਿਹਾ, ਆਵੇ ਤਾਂ ਉੱਪਰਲੀ ਛਤਰੀ 'ਤੇ ਜਾਣ ਨੂੰ ਫਿਰਦਾ ਆਵੇ, ਲੈ ਖੱਟੀਆਂ ਅੱਖਾਂ ਦਾ ਵਾ, ਅਤੇ ਬੋਣਾ ਜਿਹਾ ਹਜੇ ਹੈ ਨਹੀਂ, ਨਹੀਂ ਜਾਣ ਜੂਣ ਜੀ ਮਤਲਬ ਨਹੀਂ, ਉਹ ਵੇਟ ਪੱਖੋਂ ਤਾਂ ਪੂਰਾ ਐਂਡ ਪਿਆ ਵਾ, ਇਹ ਨਹੀਂ ਕੋਈ ਗੱਲ ਹੈਗੀ, ਪਰ ਜਿਹੜੀ ਗੱਲ ਹਜੇ ਉੱਡਣ ਯੋਗ, ਮੈਨੂੰ ਨਹੀਂ ਲੱਗਦਾ ਵੀ ਉੱਡ ਜੂਗਾ ਇਹ, ਪਰ ਉੱਡਦਾ ਆਪਦਾ ਅੰਦਰੋਂ ਸਿਰਾ ਕਰਾਤੀ ਯਾਰ ਬੱਚੇ ਨੇ। ਹੁਣ ਮੈਂ ਤੁਹਾਨੂੰ ਜ਼ਿਆਦਾ ਫਿਰ ਜੇ ਤੁਸੀਂ ਕਮੈਂਟ ਕਰੋਗੇ ਫਿਰ ਕੱਲ੍ਹ ਉਡਾਊਂਗਾ, ਅਤੇ ਨਹੀਂ ਤਾਂ ਆਪਾਂ ਨਹੀਂ ਉਡਾਉਂਦੇ, ਉਹ ਤਾਂ ਉਡਾਊਂ ਕਿਉਂਕਿ ਯਾਰ ਹੁਣ ਇਹਨੂੰ ਪਤਾ ਲੱਗ ਗਿਆ ਮੈਂ ਉੱਡ ਸਕਦਾ, ਹੈ ਨਾ ਵੀ, ਹਾਂ ਲੈ ਬਲੈ ਗਿਆ ਦੇਖੋ ਛੋਲੇ ਖਾਂ ਤਾਂ ਕਮਾਉਂਦਾ ਨਾ ਮੈਂ ਤਾਂ ਕਰਕੇ, ਔਰ ਦੂਜਾ ਵੀ ਆ ਗਿਆ, ਆ ਜਾ ਲੈ ਲੈ ਆਏ, ਹੱਥੀ ਦੇਣ ਦਾ ਫਾਇਦਾ ਵੀ ਹੈ ਨੁਕਸਾਨ ਵੀ, ਹੈ ਨਾ, ਆਹ ਤਾਂ ਜਮੀ ਨੂੰ ਡਰਦਾ ਹਲਦੀ ਰਾਮ, ਹਾਂ ਬੇਟਾ ਕਿਵੇਂ ਆ ਠੀਕ ਆ, ਲੈ ਜਾ ਇਹ ਇਹਨਾਂ ਨਾਲੋਂ ਵੀ ਬੜਾ ਸਿਆਣਾ, ਲੈ ਲੈ ਖੁੱਲ੍ਹਾ ਹੀ ਬੈਠਾ ਵਾ, ਆਹ ਦੇਖੋ ਇੱਧਰ ਵੀ ਆਏ ਨਾ ਕਿ ਖਣੀ ਬੰਨੇ ਆਹ ਦੇਖ ਲੈ ਖੁੱਲ੍ਹਾ ਬੈਠਾ, ਹਾਂ ਉਰੇ ਆ ਇਹ ਇਹਨਾਂ ਨਾਲੋਂ ਵੀ ਬੜਾ ਸਿਆਣਾ, ਲੈ ਲੈ ਊਂ ਹੀ ਫੜਿਆ ਜਾਂਦਾ ਛਤਰੀ ਛੁਤਰੀ ਤੋਂ, ਅਤੇ ਨਹੀਂ ਉਹ ਇੱਕ ਬੋਰਡ 'ਤੇ ਬੈਠਾ ਪਤਾ ਨਹੀਂ ਕਿਹਦਾ, ਉਹ ਉਹਦੇ ਟੀ ਸੀ 'ਚ ਬੈਠਾ, ਲੈ ਅਤੇ ਆਹ ਆਪਾਂ ਕਬੂਤਰੀ ਲਿਆਂਦੀ ਸੀ ਥੱਲਿਓ ਚੱਕ ਕੇ, ਇਹ ਮੈਂ ਬੰਨ ਲਈ ਸੀ ਉਦੋਂ ਕਿਉਂਕਿ ਮੈਂ ਕਿਹਾ ਯਾਰ ਥੱਲੇ ਕੋਈ ਇੱਧਰ ਜੋੜਿਆਂ 'ਚ ਤਾਂ ਕਿਉਂ ਬੰਨਣਾ ਕੋਈ, ਹੈ ਨਾ, ਇਹ ਸਿੰਗਲ ਬੈਠੀ ਚੱਲ ਇਹਨੂੰ ਬੰਨਤਾ ਮੈਂ ਵੀ ਬੱਚਾ ਆਸੇ ਪਾਸੇ ਨਾ ਜਾਵੇ, ਹੈ ਨਾ, ਅਤੇ ਹੁਣ ਆਪਾਂ ਬਾਰੀ ਖੋਲ੍ਹ ਦਿੰਦੇ ਬਲੈਕ ਹੀ ਹੁਣੀ ਅੰਦਰ ਚੱਲ ਜਾਣਗੇ, ਚਲੋ ਏ ਚਲੋ ਹੋ ਗਿਆ ਡੰਡਿਆ ਵਾਲਾ, ਆਹ ਹਾਂ ਹਲਦੀ ਰਾਮ ਤੇਰੀ ਇਹ ਨਹੀਂ ਜਗ੍ਹਾ ਬੇਟਾ, ਜਾ ਏ ਬਲੈਕੀ ਚੱਲ ਅੰਦਰ ਖੋਡੇ 'ਚ, ਚੱਲ ਓਏ ਚੱਲ ਅੰਦਰ, ਜਾਣਾ ਕਿ ਨਹੀਂ ਚੱਲ।
ਉਹ ਚੱਲ ਖੁੱਡੇ ਚੱਲ ਚਾ ਬਲੈਕੀਆ ਵੀ ਗਿਆ ਅਤੇ ਹਲਦੀ ਰਾਮ ਨੂੰ ਆਪਾਂ ਫੜ ਲੈਂਦੇ ਹਾਂ। ਓਏ ਆਸ਼ਕ ਹੀ ਨਹੀਂ ਕਰਨੀ ਇੱਧਰ ਆ, ਚੱਲ ਉੱਧਰ ਆਪਦੇ ਘਰ, ਇਹਨੂੰ ਉੱਧਰ ਹੀ ਛੱਡ ਦੇਣਾ ਹੁਣ ਨਾ ਦੇ ਮੈਂ ਹੁਣ ਉੱਧਰ ਛੱਡਤਾ ਕਬੂਤਰੀ, ਆਪਾਂ ਖੋਲ੍ਹ ਕੇ ਇੱਥੇ ਜਾਲ 'ਚ ਪਾ ਲੈਂਦੇ ਹਾਂ। ਆਹ ਲਓ ਜੀ ਕਬੂਤਰੀ ਫੜ ਲਈ, ਇਹ ਆਪਾਂ ਜਾਣ ਲੱਗੇ ਥੱਲੇ ਹੀ ਲੈ ਚੱਲਾਂਗੇ, ਇੱਥੇ ਤਾਂ ਇਹਦਾ ਕੀ ਕੰਮ ਆ, ਅਤੇ ਇੱਥੇ ਛੱਡ ਦਿੰਦੇ ਇਹਨੂੰ, ਜਾਲ ਬਣਾ ਕੁੰਡੀ ਲਾ ਦੇ ਚੱਕੋ ਜੀ। ਹੁਣ ਇੱਕ ਵਾਰੀ ਹੋਰ ਦੇਖ ਲਓ, ਫਿਰ ਆਪਾਂ ਕੁਝ ਗੱਜੀਆਂ ਭਰ ਦਿੰਦੇ ਹਾਂ, ਬਾਕੀ ਇਹਨਾਂ ਦੇ ਹੁਣ ਆਂਡਿਆਂ ਦੀ ਵੇਟ ਆ, ਜੋੜਾ ਆਂਡੇ ਧਰ ਲਵੇ ਨਾ। ਅਤੇ ਆਹ ਦੇਖ ਲਓ ਤਾਂ ਭਾਈ ਬੱਲਾ ਇੱਕੀ ਇੱਕ ਕਹਿ ਸਕੀ, ਕਾਲੀ ਨੋਕ ਦਾ ਬਲੈਕ ਹੀ ਨਹੀਂ ਗਾ, ਕਾਲੀ ਨੋਕ ਦਾ। ਆਹ ਦੇਖੋ ਥੋੜ੍ਹੀ ਜਿਹੀ ਆ ਮੂਹਰੋਂ, ਥੋੜ੍ਹੀ ਜਿਹੀ ਪਰ ਸਾਰੀ ਨਹੀਂ ਗੀ। ਅਤੇ ਆਹ ਦੇਖੋ ਕੀ ਵਰਾਇਟੀ ਆ ਇਹ, ਇਹ ਵੀ ਰੱਤੇ ਜੇ ਪੋਟੇ ਤਾਂ ਐਂ ਜੀ ਆ ਬੱਚਾ, ਹੈ ਨਾ। ਬਾਕੀ ਹੁਣ ਕਾਹਨੂੰ ਚੱਕਣਾ ਇਹਨੂੰ, ਬੈਠਾ ਰਹਿੰਦੇ ਚਾਰਾਂ ਪੰਜ ਦਿਨਾਂ ਨੂੰ ਚੱਕ ਲਾਂਗੇ ਫਿਰ, ਹੈ ਨਾ। ਆਹ ਵੀ ਅਤੇ ਇੱਕ ਜਿਹੜਾ ਤੁਹਾਨੂੰ ਉੱਧਰਲੇ ਖੁੱਡੇ ਦਿਖਾ ਕੇ ਲਿਆ, ਉਹ ਹਜੇ ਛੋਟਾ ਵਾ, ਉਹਦੇ ਉਹਦੇ ਨੂੰ ਪੰਜ ਦਿਨਾਂ ਨੂੰ ਵੈਸੇ ਉਹਦੇ ਵੀ ਡੱਕੇ ਜੇ ਆਉਣ ਲੱਗ ਜਾਣੇ ਆ, ਪਰ ਆਪਾਂ ਉਹਨੂੰ ਹਜੇ ਦੋ ਚਾਰ ਦਿਨ ਹੋਰ ਨਹੀਂ ਚੱਕਦੇ, ਉਹਨੂੰ ਲੇਟ ਚੱਕ ਲਾਂਗੇ ਦੋ ਚਾਰ ਦਿਨ, ਹੈ ਨਾ। ਵੀ ਕਾਹਨੂੰ ਐਵੇਂ, ਉਹ ਪੱਠਾ ਗੁੜਕਦਾ, ਉਹ ਨਵਾਂ ਪੱਠਾ ਵਾ ਦੇਖ ਲਓ। ਉਹ ਵੇਰਾ ਅਤੇ ਆਹ ਇਹ ਦੋਨੇ ਸੱਚ ਬਲੈਕ ਹੀ ਆ, ਅਤੇ ਇਹ ਇੱਥੇ ਹੀ ਬਹਿੰਦੇ ਉੱਪਰ ਹੀ, ਉਹਦੇ ਬਲੈਕ ਹੀ ਰੋਸ਼ਨਦਾਨ 'ਚ ਬਹਿ ਗਿਆ ਨਾ, ਉੱਪਰ ਹੀ ਥੇ ਉਹ ਮਾਰਦਾ ਬੱਚਾ, ਉੱਥੇ ਪੂਰੀ ਠਹਿਰ ਬਣੀ ਉਹਦੀ ਬੋਣੇ ਇਹਦੀ। ਚੱਲ ਬੈਠਾ ਰਹੇ ਇੱਥੇ ਸਰਾ ਕਰਾ ਦੀ, ਇਹਨੂੰ ਯਾਰ ਟ੍ਰੀਟ ਦਿੰਦੇ ਹਾਂ ਅੱਜ, ਹੈ ਨਾ। ਬਦਾਮ ਤਾਂ ਹੈ ਨਹੀਂ ਗੇ, ਇਹਨੂੰ ਛੋਲਿਆਂ ਤੋਂ ਟ੍ਰੀਟ ਦਿੰਦੇ ਹਾਂ। ਬਾਕੀ ਕੁਝੀਆਂ ਗੱਜੀਆਂ ਭਰ ਦਿੰਦੇ ਹੁਣ, ਜਿਹੜੇ ਆਪਣੇ ਚੈਨਲ ਦੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਕਰ ਲਓ ਲਾਈਕ, ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਹੁਣ ਆਪਾਂ ਕੱਲ੍ਹ ਨੂੰ ਉਹ ਜਿਹੜਾ ਬੱਚਾ ਜੁੜ ਕੇ ਡੰਡਿਆ ਵਾਲਾ ਉਹਨੂੰ ਡਾਈਏ ਕਿ ਨਾ ਡਾਈਏ, ਜਦੋਂ ਤੁਸੀਂ ਕਹੋਗੇ ਉਹਨੂੰ ਡਾ ਦੁਬਾਰਾ, ਹੈ ਨਾ, ਤਾਂ ਡਾ ਦਾਂਗੇ, ਨਾਲੇ ਤੁਹਾਨੂੰ ਦਿਖਾ ਦਾਂਗੇ ਵੀ ਕਦੋਂ ਆਉਂਦਾ, ਇਹ ਵੀ ਦਿਖਾਊਂਗਾ ਮੈਂ, ਅਤੇ ਨਹੀਂ ਤੁਹਾਨੂੰ ਪੂਰੀ ਵੀਡੀਓ ਇਹ ਡਾਉਣ ਦੀ ਸੰਡੇ ਨੂੰ ਦਿਖਾਵਾਂਗੇ, ਉਹਦੇ ਨੋਨਾ ਵੀ ਘਰੇ ਹੋਊਗਾ, ਫਿਰ ਇੱਕ ਬੰਦਾ ਨਾ ਕੈਮਰਾ ਫੜ ਲੈਂਦਾ, ਹੈ ਨਾ, ਚਲੋ ਦੂਜਾ ਛਤਰੀ ਛੁਤਰੀ ਭੜਕਾ ਲੈਂਦਾ, ਨਾਲੇ ਦੇਖ ਦੁੱਖ ਲੈਂਦਾ ਹਿਸਾਬ ਕਿਤਾਬ। ਅਤੇ ਬਾਏ ਮਤਲਬ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸੋ ਤੁਹਾਡਾ ਕੰਮ, ਕਮੈਂਟ ਦਾ ਅਤੇ ਲਾਈਕ ਦਾ ਬਸ।